ਪਟਿਆਲਾ ਸ਼ਾਹੀ ਜ਼ਾਇਕੇ 'ਚ ਤੁਹਾਡਾ ਸਵਾਗਤ ਹੈ। ਅੱਜ ਬਣਾਵਾਂਗੇ ਖੀਰ। ਦੁੱਧ ਲਵਾਂਗੇ 2 ਕਿਲੋ, 1 ਕੌਲੀ ਚਾਵਲ ਦੀ ਭਿਗੋ ਕੇ ਰੱਖਣੀ, ਚੀਨੀ 1 ਕੌਲੀ, ਕੱਟੇ ਹੋਏ ਬਦਾਮ, ਸੌਗੀ, ਖੋਪਾ, ਦੁੱਧ ਨੂੰ ਉਬਾਲਾ ਦੇ ਲਵਾਂਗੇ ਪਹਿਲਾਂ। ਉਬਾਲ ਆ ਚੁੱਕਿਆ ਹੈ, ਹੁਣ ਆਪਾਂ ਚੌਲ ਪਾਵਾਂਗੇ। ਦੁੱਧ ਨੂੰ ਉਬਾਲ ਆ ਚੁੱਕਿਆ ਹੈ, ਹੁਣ ਆਪਾਂ ਚੌਲ ਐਡ ਕਰਾਂਗੇ। ਆਹ ਦੇਖੋ ਹੁਣ ਖੀਰ ਪੂਰੀ ਤਰ੍ਹਾਂ ਰਿੱਝ ਰਹੀ ਹੈ, ਦੇਖੋ ਚੌਲ ਵੀ ਗਲਣ ਲੱਗ ਗਏ ਹਨ। ਰੋਟੀਆਂ ਪਾਵਾਂਗੇ, ਹਰੀ ਇਲਾਚੀ ਪਾਵਾਂਗੇ, ਕੱਟਿਆ ਹੋਇਆ ਖੋਪਾ ਪਾਵਾਂਗੇ, ਕੱਟੇ ਹੋਏ ਬਦਾਮ ਪਾਵਾਂਗੇ, ਹੁਣ ਖੀਰ ਗਾੜੀ ਹੋਣ ਲੱਗ ਗਈ ਆ। ਹੁਣ ਇਸਨੂੰ ਚਲਾਉਂਦੇ ਹੀ ਰਹਿਣਾ ਕੜਛੀ ਨੂੰ, ਤਾਂ ਕਿ ਨੀਚੇ ਨਾ ਚਿਪ ਜਾਵੇ ਖੀਰ। ਮੇਰੇ ਪਾਪਾ ਨੂੰ ਨਾ ਡਾਇਬਟੀਜ਼ ਹੈ, ਇਸ ਕਰਕੇ ਮੈਂ ਉਹਨਾਂ ਲਈ ਬਿਨਾਂ ਚੀਨੀ ਤੋਂ ਹੀ ਖੀਰ ਨਿਕਾਲ ਰਹੀ ਹਾਂ। ਹੁਣ ਆਪਾਂ ਸੌਗੀ ਪਾ ਦਈਏ। ਇੱਕ ਕੌਲੀ ਮੈਂ ਚੀਨੀ ਪਾਵਾਂਗੀ, ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ, ਘੱਟ ਵੱਧ ਕਰ ਸਕਦੇ ਹੋ। ਹੁਣ ਆਪਾਂ ਥੋੜ੍ਹੀ ਹੋਰ ਪਕਾਵਾਂਗੇ।